ਕਿਸ ਚੀਜ਼ ਨੂੰ ਲੈ ਕੇ ਵਿਵਾਦ ਹੈ ਔਰ ਕਿਸ ਚੀਜ਼ ਨੂੰ ਲੈ ਕੇ ਤੁਸੀਂ ਅੱਜ ਮੀਟਿੰਗ ਕਰਕੇ ਆਏ ਹੋ ਕਿਹਦੇ ਨਾਲ ਕਰਕੇ ਆਏ ਹੋ ਇਸ ਤਰ੍ਹਾਂ ਅੱਜ ਜੇਸੀਪੀ ਸ਼ੁਭਮ ਜੀ ਨਾਲ ਗੱਲ ਹੋਈ ਹੈ ਜਿਹੜੇ ਪੁਰਾਣੇ ਦੁਕਾਨਦਾਰ ਆ ਦਾਣਾ ਮੰਡੀ ਦੇ ਅੰਦਰ ਪਟਾਕਾ ਮਾਰਕੀਟ ਐਸੋਸੀਏਸ਼ਨ ਦੇ ਵਿੱਚ ਬਹੁਤ ਸਾਰੇ ਲੋਕਾਂ ਦੀਆਂ ਦੁਕਾਨਾਂ ਨਹੀਂ ਨਿਕਲੀਆਂ ਜਿਹਨਾਂ ਦੀਆਂ ਨਿਕਲੀਆਂ ਉਹ ਬਲੈਕ ਕਰ ਰਹੇ ਵੇਚਦੇ ਪਏ ਆ ਸਾਡੀ ਇੱਕੋ ਹੀ ਮੰਗ ਸੀਗੀ ਵੀ ਇਹ ਜਿਹੜਾ ਖਰੀਦੋ ਫਰੋਖਤ ਹੈ ਇਹ ਬੰਦ ਹੋਣੀ ਚਾਹੀਦੀ ਹੈ ਜਿਹੜਾ ਵਪਾਰੀ ਆ ਮਰ ਰਿਹਾ ਜਿਹਨੇ ਪਰਚੇਜ ਕੀਤਾ ਹੋਇਆ ਮਾਲ ਉਹਦੇ ਕੋਲ ਹੈ ਉਹ ਕਿੱਥੇ ਜਾਊਗਾ ਅਸੀਂ ਤਾਂ ਇਹੀ ਮੰਗ ਰੱਖ ਕੇ ਆਏ ਹਾਂ ਵੀ ਇਹਦੇ 'ਤੇ ਜਲਦ ਤੋਂ ਜਲਦ ਕਾਰਵਾਈ ਹੋਣੀ ਚਾਹੀਦੀ ਜਿਹੜਾ ਵੇਚਦਾ ਪਿਆ ਉਹਦੇ 'ਤੇ ਕਾਰਵਾਈ ਹੋਵੇ ਉਹ ਤਾਂ ਚਾਰ ਚਾਰ ਪੰਜ ਪੰਜ ਲੱਖ ਰੁਪਏ ਦੀ ਇੱਦਾਂ ਡਿਮਾਂਡ ਕਰ ਰਹੇ ਜਿਵੇਂ ਉੱਥੇ ਬਹੁਤ ਪਤਾ ਨਹੀਂ ਕੋਈ ਨਜਾਇਜ਼ ਕੰਮ ਹੋਣਾ ਜੈਨੂਅਨ ਬਿਜ਼ਨਸ ਹੋਣਾ ਜੈਨੂਅਨ ਕੰਮ ਹੋਣਾ ਜਿਹਦੇ ਕੋਲ ਮਾਲ ਉਹੀ ਵੇਚੇਗਾ ਜਿਹਦੇ ਕੋਲ ਮਾਲ ਹੈ ਨਹੀਂ ਉਹਦੇ ਕੋਲ ਦੁਕਾਨਾਂ ਹੈਗੀਆਂ ਉਹ ਪੈਸੇ ਮੰਗ ਰਹੇ ਇਹ ਮੰਗ ਲੈ ਕੇ ਗਏ ਸੀ ਉਹਨਾਂ ਨੇ ਆਸ਼ਵਾਸਤ ਕੀਤਾ ਵੀ ਅਸੀਂ ਅੱਛੇ ਤਰੀਕੇ ਨਾਲ ਦੇਖ ਕੇ ਇਹਨੂੰ ਕਾਰਵਾਈ ਕਰਾਂਗੇ ਕਿੰਨਾ ਉੱਤੇ ਕਾਰਵਾਈ ਕੀਤੀ ਜਾਊਗੀ ਜਿਹੜਾ ਕੋਈ ਵੀ ਐਸਾ ਦਾ ਨੈਗਲੀਜੈਂਸੀ ਕਰੇਗਾ ਉਹਨਾਂ ਤੇ ਜਿਹੜਾ ਖਰੀਦੂਗਾ ਉਹ ਤੇ ਵੀ ਜਿਹੜਾ ਵੇਚੂਗਾ ਨੈਚੁਰਲੀ ਜਿਹੜਾ ਖਰੀਦੂ ਵੇਚੂਗਾ ਦੋਨਾਂ ਤੇ ਹੀ ਹੋਊਗਾ ਕਾਰਵਾਈ ਠੀਕ ਹੈ ਔਰ ਦੁਕਾਨਦਾਰ ਕੀ ਚਾਹੁੰਦਾ ਅਸੀਂ ਤਾਂ ਇਨਸਾਫ ਚਾਹੁੰਦੇ ਸੀਗੇ ਵੀ ਸਾਡਾ ਜਿਹੜਾ ਵਪਾਰੀ ਹੈ ਮਰ ਰਿਹਾ ਉਹਨੂੰ ਕਿੱਦਾਂ ਬਚਾਇਆ ਜਾ ਸਕਦਾ ਅਸੀਂ ਤਾਂ ਇਹੀ ਕਿਹਾ ਬਾਕੀ ਦੇਖੋ ਕੀ ਉਹ ਡਿਸੀਜਨ ਦਿੰਦੇ ਆ ਸੁਭਾ ਦੇ ਤੇ ਹੁਣ ਤੁਸੀਂ ਕੀ ਕਰੋਗੇ ਕਿਉਂਕਿ ਕਿੰਨਾ ਵਪਾਰੀ ਮਾਲ ਲੈ ਚੁੱਕਾ ਵੈਸਲੇ ਔਰ ਕਿੰਨੇ ਵਪਾਰੀਆਂ ਨੇ ਸਾਰਿਆਂ ਨੇ ਮਾਲ ਪਰਚੇਜ਼ ਕੀਤਾ ਸੀ ਲੱਖਾਂ ਰੁਪਏ ਦਾ ਮਾਲ ਪਰਚੇਜ਼ ਹੈ ਲੋਕਾਂ ਦੇ ਕੋਲ ਜਿਨ੍ਹਾਂ ਕੋਲ ਦੁਕਾਨਾਂ ਹੈਗੀਆਂ ਉਹਨਾਂ ਕੋਲ ਤਾਂ ਇੱਕ ਦਾਣਾ ਵੀ ਹੈ ਨਹੀਂ ਪਟਾਕਿਆਂ ਦੀ ਕਿੰਨਾ ਨੁਕਸਾਨ ਹੋ ਸਕਦਾ ਬਹੁਤ ਸਾਰਾ ਨੁਕਸਾਨ ਹੋ ਸਕਦਾ ਜੀ ਕਈ ਗਰੀਬ ਆਦਮੀਆਂ ਨੇ ਤਾਂ ਵਿਆਜਾਂ ਦੇ ਪੈਸੇ ਫੜ ਕੇ ਮਾਲ ਲਿੱਤੇ ਹੋਏ ਆ ਕੀ ਪਤਾ ਉਹ ਜ਼ਿੰਦਗੀ 'ਚ ਰਹਿੰਦੇ ਆ ਕਿ ਨਹੀਂ ਰਹਿੰਦੇ ਮੈਂ ਆਪਣੇ ਮੂੰਹੋਂ ਚਲੋ ਉਹਨਾਂ ਲਈ ਸ਼ੁਭਕਾਮਨਾਵਾਂ ਦੇਵਾਂ ਇੱਦਾਂ ਦਾ ਕੰਮ ਨਾ ਵੀ ਹੋਵੇ ਕਿਉਂਕਿ ਇਹ ਬਹੁਤ ਵੱਡਾ ਨੁਕਸਾਨ ਹੋਣ ਜਾ ਰਿਹਾ ਜਿਹੜਾ ਜਿਨ੍ਹਾਂ ਕੋਲ ਮਾਲ ਹੈ ਉਹਨਾਂ ਕੋਲ ਦੁਕਾਨਾਂ ਹੈ ਮਿਸ ਹੈਪਨਿੰਗ ਕੋਈ ਨਹੀਂ ਕਰ ਸਕਦਾ ਜੀ ਜੇ ਮੇਰੇ ਮੈਂ ਮਾਲ ਵਿਆਹ 'ਤੇ ਲਏ ਪਿਆ ਹੈ ਅਤੇ ਜੇ ਮੈਨੂੰ ਕੋਈ ਪਰੇਸ਼ਾਨੀ ਹੋ ਗਈ ਤਾਂ ਨੈਚੁਰਲੀ ਗੱਲ ਆ ਵੀ ਮਾੜਾ ਸੋਚ ਕੁਛ ਵੀ ਦਿਮਾਗ 'ਚ ਆ ਸਕਦਾ ਕਿਸੇ ਤਰ੍ਹਾਂ ਦਾ ਵੀ ਯਾਰ ਕੋਈ ਵੀ ਚੀਜ਼ ਆ ਸਕਦੀ ਮਨ 'ਚ ਮਾੜੀ ਚੰਗੀ ਕੋਈ ਵੀ ਚੀਜ਼ ਆ ਸਕਦੀ ਜਦੋਂ ਨੁਕਸਾਨ ਹੁੰਦਾ ਕੁਛ ਵੀ ਹੋ ਸਕਦਾ ਜਦੋਂ ਕਿਸੇ ਦਾ ਨੁਕਸਾਨ ਹੁੰਦਾ ਅਗਰ ਕਿਸੇ ਪਾਸੇ ਵੀ ਸੋਚ ਸਕਦਾ ਕਿਉਂਕਿ ਜਿਹਨੇ ਕੋਈ ਵਿਆਜ 'ਤੇ ਪੈਸੇ ਲਿੱਤੇ ਉਹਨਾਂ ਨੇ ਤਾਂ ਤੰਗ ਉਹਨਾਂ ਨੇ ਆਪਣੇ ਪੈਸੇ ਵਾਪਸ ਮੰਗਣੇ ਹੀ ਹੈ ਤੰਗ ਚਾਹੇ ਨਾ ਅਗਰ ਪੈਸੇ ਉਹਨਾਂ ਨੂੰ ਇਹ ਥੋੜ੍ਹੀ ਪਤਾ ਸਾਡੇ ਪਟਾਕੇ ਨਹੀਂ ਵਿਕੇ ਜਾਂ ਸਾਡੀ ਦੁਕਾਨ ਡਰਾ ਨਹੀਂ ਨਿਕਲਿਆ ਮਗਰ ਜਿਹਨਾਂ ਡਰਾ ਨਿਕਲੇ ਉਹਨਾਂ ਕੋਲ 25,000 ਪੈਸੇ ਪਟਾਕਾ ਨਹੀਂ ਹੈਗਾ ਉਹ ਸਿਰਫ ਉਹਨਾਂ ਨੂੰ ਇਹੀ ਹੈ ਕਿ ਅਸੀਂ ਪਰਚੀਆਂ ਪਾਉਣੀਆਂ ਡਰਾ ਨਿਕਲੇ 3 ਲੱਖ ਦੀ ਦੁਕਾਨ 3.5 ਲੱਖ ਦੀ ਦੁਕਾਨ ਵੇਚ ਕੇ ਅਸੀਂ ਦੀਵਾਲੀ ਮਨਾਉਣੀ ਹੈ ਇਸ ਤੇ ਅਸੀਂ ਚਾਹੁੰਦੇ ਸਾਨੂੰ ਦੁਕਾਨਾਂ ਦਿੱਤੀਆਂ ਜਾਣ ਉਹਨਾਂ ਕੋਲ ਦੁਕਾਨਾਂ ਜਿਹਨਾਂ ਨਿਕਲੀਆਂ ਹੋਈਆਂ ਉਹਨਾਂ ਨੂੰ ਸਰਕਾਰ ਉਹਨਾਂ 'ਤੇ ਕੋਈ ਨਾ ਕੋਈ ਕਾਰਵਾਈ ਕਰੇ ਪਰਚਾ ਪਾਵੇ ਜਾਂ ਦੁਕਾਨਾਂ ਲੈ ਕੇ ਸਾਨੂੰ ਵਾਪਸ ਦਿੱਤੀਆਂ ਜਾਣ ਲੱਕੀ ਡਰਾ ਤਾਂ ਹੈਗੇ ਸਰ ਲੱਕੀ ਡਰਾ ਤਾਂ ਸਾਡੇ ਵੀ ਸੀ ਵਿੱਚ ਹੀ ਸੀਗੇ ਅਸੀਂ ਦੁਕਾਨਦਾਰ 40 ਦੁਕਾਨਦਾਰ ਹਰ ਸਾਲ ਲਗਾਉਂਦੇ ਹਾਂ 20-25 ਸਾਲ ਤੋਂ ਦੁਕਾਨਾਂ ਲਗਾਉਂਦੇ ਆ ਰਹੇ ਹਾਂ ਹੁਣ ਸਾਡਾ ਡਰਾ ਨਹੀਂ ਨਿਕਲੇ ਹੁਣ ਕਿੱਥੇ ਜਾਈਏ ਜੇ ਕੋਈ ਸਾਡੇ ਕੋਲ 15 ਲੱਖ ਦਾ ਮਾਲ ਹਾਂਜੀ ਨਹੀਂ ਡਰਾ ਤਾਂ ਨਹੀਂ ਬੰਦ ਹੋਣਾ ਜੀ ਡਰਾ ਤਾਂ ਹਰ ਇਨਸਾਨ ਨੂੰ ਹੱਕ ਹੈਗਾ ਪਰਚੀ ਪਾਉਣ ਦਾ ਡਰਾ ਪਾਉਣ ਦਾ ਹੱਕ ਹੈਗਾ ਮਗਰ ਇਹ ਨਾ ਕਰੇਗਾ ਕਿ ਵਿੱਚ ਹੀ ਆਵੇ ਅਗਲੇ ਦੁਕਾਨਾਂ ਦੇਖੋ ਜੀ ਹਰ ਦੁਕਾਨਦਾਰ ਹਰ ਛੋਟੇ ਛੋਟੇ ਬੰਦੇ ਕੋਲ 15-20 ਲੱਖ ਦਾ ਮਾਲ ਪਿਆ ਨਹੀਂ ਉਹ ਕਿੱਥੇ ਦੇਣਾ ਕਿੱਥੇ ਖਪਤ ਕਰਨੀ ਮੁੜ ਕੇ ਸੰਭਾਲਣਾ ਕਿੱਥੇ ਜੀ ਜਿੱਥੇ ਮਾਲ ਰੱਖਿਆ ਉੱਥੇ ਵੀ ਕੋਈ ਮਿਸਹੈਪਨਿੰਗ ਹੋ ਸਕਦੀ ਹੈ ਠੀਕ ਹੈ ਜੀ ਹਰ ਕਿਸੇ ਜ਼ਰੂਰੀ ਤਾਂ ਨਹੀਂ ਹਰ ਕਿਸੇ ਨੇ ਘਰ ਰੱਖਿਆ ਹੋਇਆ ਜੇ ਕੋਈ ਕਿਸੇ ਗੋਦਾਮ 'ਚ ਪਿਆ ਅਗਲਾ ਕਹੂਗਾ ਭਾਈ ਦੀਵਾਲੀ ਆ ਗਈ ਚੱਕ ਭਾਈ ਮਾਲ ਸਾਨੂੰ ਪੈਸੇ ਦੇ ਜਿਹਨੂੰ ਪੈਸੇ ਦਿੱਤੇ ਹੋਏ ਆ ਜਿਹਦੇ ਕੋਲ ਦੁਆਰੇ ਲਿੱਤੇ ਹੋਏ ਆ ਜਿਵੇਂ ਤੁਹਾਡੇ ਕੋਲ ਅਸੀਂ ਕਹਿੰਦੇ ਹਾਂ ਮਿੱਤਰ ਤਾਂ ਹੈਗੇ ਆ ਜੀ 1 ਲੱਖ ਰੁਪਏ ਦੋ ਤੁਹਾਨੂੰ ਦੀਵਾਲੀ ਵੱਟ ਕੇ ਦੇ ਦਿੰਦੇ ਹਾਂ ਜੀ ਉਹ ਜਿਹੜੇ ਸਾਰੇ ਦੁਕਾਨਦਾਰ ਆਏ ਹੋਏ ਆ ਸਾਰੇ ਦੁਕਾਨਾਂ ਕੋਲ ਪਟਾਕੇ ਪਏ ਟੋਟਲ 40 ਦੁਕਾਨਾਂ ਲੱਗਦੀਆਂ ਜੀ ਕਿੰਨੇ ਜਣਿਆਂ ਨੇ ਪਰਚੀ ਪਾਈ ਸੀ ਪਰਚੀਆਂ ਤਾਂ ਪੈ ਗਈਆਂ ਜੀ 900 ਕੁਛ ਪਰਚੀ ਪੈ ਗਈ ਜੀ ਨਿਕਲ 40 ਜੀ ਲੁਧਿਆਣਾ ਸ਼ਹਿਰ ਦੇ ਵਿੱਚ ਹਰ ਸਾਲ ਦੀਵਾਲੀ ਦੇ ਤਿਉਹਾਰ 'ਤੇ ਪਟਾਕਾ ਲੱਗਦੇ ਆ 2016 ਦੇ ਵਿੱਚ 66 ਦੁਕਾਨਾਂ 'ਤੇ ਹਾਈ ਕੋਰਟ ਸੁਪਰੀਮ ਕੋਰਟ ਨੇ 20% ਔਡਰ ਕਰਤੇ ਕਿ ਜਿੰਨੀ ਪਟੰਗੀਆਂ ਪੈਣਗੀਆਂ ਦੁਕਾਨਾਂ ਨਿਕਲੀਆਂ 66 ਤੋਂ 20% ਦਿੱਤਾ ਜਾਊਗਾ ਦਾਣਾ ਮੰਡੀ 'ਚ 66 ਪਰਚੀਆਂ ਪਈਆਂ ਅਤੇ 13 ਦੁਕਾਨਾਂ ਉੱਥੇ ਅਲਾਟ ਹੋਣਗੀਆਂ ਇਸ ਪਿਛਲੀ ਵਾਰ 350 ਫਾਈਲ ਪੈ ਗਈ ਉਹਦੇ 'ਚੋਂ 70 ਦੁਕਾਨਾਂ ਚਾਹੀਦੀਆਂ ਸੀ ਹਾਈ ਕੋਰਟ ਦੇ ਆਰਡਰ ਮੁਤਾਬਕ ਪਰ ਉੱਥੇ ਫਿਰ ਵੀ ਉਹਨਾਂ ਨੇ ਕਿਹਾ ਕਿ 13 ਦੁਕਾਨਾਂ ਨਿਕਲ ਗਈਆਂ 2022 ਦੇ ਵਿੱਚ ਅਸੀਂ ਹਾਈ ਕੋਰਟ 'ਚ ਮੂਵ ਕੀਤੇ ਹਾਈ ਕੋਰਟ ਨੇ DM ਨੂੰ ਆਰਡਰ ਕਰਤੇ ਕਿ 50 ਦੁਕਾਨਾਂ ਦਾਣਾ ਮੰਡੀ 'ਚ ਲੱਗ ਸਕਦੀਆਂ ਬਾਕੀਆਂ 'ਚ 20% ਹੀ ਰਹੇਗਾ ਪਰ ਪਿਛਲੇ ਵਾਰੀ 40 ਦੁਕਾਨਾਂ ਪਰਚੀਆਂ ਗਈਆਂ 350 ਪਰਚੀ ਦੇ ਵਿੱਚ 40 ਨਿਕਲੀਆਂ ਹੁਣ 750 ਪਰਚੀ ਪੈ ਗਈ
ਜਿਹੜੇ 650 ਪਰਚੀ ਦੇ ਵਿੱਚੋਂ 40 ਦੁਕਾਨਾਂ ਨਿਕਲੀਆਂ, ਜਿਹੜੀ ਐਸੋਸੀਏਸ਼ਨ ਹੈ ਉਹਦੇ ਮੈਂਬਰ ਹੀ 40 ਹੈ, ਬਾਕੀ ਬਾਹਰਲੇ ਬੰਦਿਆਂ ਨੇ ਪਰਚੀ ਪਾ ਕੇ ਆਪਣੀ ਪਰਚੀ ਨਿਕਲ ਗਈ, ਉਹ ਬਲੈਕਮੇਲ ਕਰ ਰਹੇ ਹੈ, ਕੋਈ 3 ਲੱਖ ਮੰਗਦਾ, ਕੋਈ 4 ਲੱਖ ਮੰਗਦਾ, ਕੋਈ 5 ਲੱਖ ਮੰਗ ਰਿਹਾ, ਪਰ ਜਿਹਨਾਂ ਨੇ ਪਟਾਕਾ ਵਪਾਰੀ ਹੈ ਉਹ ਕਿੱਥੇ ਜਾਣਗੇ, ਉਹਨਾਂ ਨੇ ਜਨਵਰੀ ਦੇ ਪਟਾਕੇ ਲਿੱਤੇ ਹੋਏ ਹੈ, ਅੱਜ ਅਕਤੂਬਰ ਦੇ ਵਿੱਚ ਪੈਸੇ ਲੈ ਕੇ ਵਿਆਜ 'ਤੇ ਫੜ ਕੇ ਕੋਈ ਕੀਤਾ ਲੈ ਕੇ, ਪਰ ਉਹ ਕਿੱਥੇ ਜਾਣਗੇ, ਜਿਹੜੇ ਬੰਦੇ ਤਾਂ 500 ਰੁਪਏ ਦੀ ਪਰਚੀ ਪਾ ਕੇ ਫਾਈਲ ਪਾ ਕੇ ਆਪਣੀ ਡਰਾ ਨਿਕਲ ਗਿਆ, ਉਹ ਬਲੈਕਮੇਲ ਕਰ ਰਹੇ, ਉਹ ਬਲੈਕਮੇਲ ਰੁਕੀ ਜਾ। ਕੋਈ ਕਿਸੇ ਕੋਲ 10 ਲੱਖ ਹੈ, ਕੋਈ 15 ਲੱਖ ਹੈ, ਕਿਸੇ ਦਾ 20 ਲੱਖ ਦਾ, ਵੱਡੇ ਵਪਾਰੀ ਕਰੋੜ ਕਰੋੜ ਦੇ ਲੈ ਬੈਠੇ, ਜਿਹੜੇ 40 ਵਿੱਚ ਹੈਗੇ ਕਈ ਇੱਦਾਂ ਦੇ, ਉਹ ਕਿੱਥੇ ਜਾਣਗੇ ਬੰਦੇ। ਪਰ ਮੈਂ ਕਹਿੰਦਾ ਕਿ ਇਹ ਸਰਕਾਰ ਨੂੰ ਥੋੜ੍ਹਾ ਜਿਹਾ ਇੱਧਰ ਧਿਆਨ ਦੇਣਾ ਚਾਹੀਦਾ, ਪ੍ਰਸ਼ਾਸਨ ਨੂੰ ਅਸੀਂ ਅਪੀਲ ਕਰ ਰਹੇ ਹਾਂ ਕਿ ਬਲੈਕਮੇਲ ਹੀ ਰੋਕਤੀ ਜਾਵੇ, ਕਿਉਂਕਿ ਭਗਵੰਤ ਮਾਨ ਜੀ ਵੀ ਇਹੀ ਕਹਿ ਰਹੇ ਹੈ, ਕੋਈ ਪਟਵਾਰੀ 10 ਵਜੇ ਰਿਸ਼ਵਤ ਲੈਂਦਾ ਉਹਨੂੰ ਫਗੜ ਲੈਂਦੇ ਆ, ਪਰ ਇੱਥੇ ਸਰਕਾਰ ਪ੍ਰਸ਼ਾਸਨ ਨੂੰ ਚਾਹੀਦਾ ਕਿ 3-4 ਲੱਖ ਦੀ ਡਿਮਾਂਡ ਕਿਉਂ ਉੱਥੋਂ ਕਿਉਂ ਨਹੀਂ ਫੜਿਆ ਜਾ ਰਿਹਾ, ਤਾਂ ਕਿ ਇਨਸਾਫ਼ ਹੋਵੇ, ਪਟਾਕਾ ਵਪਾਰੀਆਂ ਨਾਲ ਇਨਸਾਫ਼ ਹੋਵੇ, ਉਹ ਆਪਣਾ ਕਾਰੋਬਾਰ ਕਰ ਸਕਣ। ਜੈ ਹਿੰਦ। आज बेसिकली हमारे पास पटाखा एसोसिएशन के कुछ लोग आए और उन्होंने ये एलिज किया कि यहाँ पर जो है ये जो जिनको ड्रॉज अलॉट हुए, लगभग 64 शॉप्स जो थी वो कल अलोकेट हुई ट्रांसपेरेंट प्रोसेस के ज़रिए और प्रॉपर वीडियोग्राफी के अंदर। तो इन्होंने ये एलिज किया कि जिनको शॉप्स अलॉट हुई हैं वो आगे उसको उसकी खरीद फरोख्त कर, आगे उसको फर्दर सेल आउट कर। तो जिस पर प्रशासन ने उनको ये भरोसा दिलाया कि 21 तारीख से सारी दुकानें शुरू होनी है, चलनी है, और जो भी जिसको भी ये दुकान अलॉट हुई है सिर्फ वही उस दुकान को चला सकता है, और इसके लिए प्रशासन भी अपनी तरफ से बार बार चेकिंग करेगा। और एसोसिएशन ने ये आश्वासन दिया कि एसोसिएशन भी अपने पद्धर पे, अपने लेवल पे इस बात को इंश्योर करेगी कि जो जिनको बाकी अलॉट हुई है वही दुकानें चलाएँ। और हमने भी इनको ये बोला, और इसके साथ साथ हमने इनको ये भी सख्त इनको हदायत दी है, और मीडिया के राही में लोगों को यही कहना चाहता हूँ कि जो जिनको भी दुकानें अलॉट हुई हैं वो वहाँ पर प्रॉपर सर्टिफिकेट अपना दुकान पर लगाएंगे और उसमें उनकी प्रॉपर फोटोग्राफ हो, और जिसको अलॉट हुई है वो वहाँ पर खुद हाजिर मिले जबकि चेक जब वहाँ पर चेक। जी बेसिकली ये है कि जो सरकार ने जो एक पॉलिसी निर्धारित करी है उस पॉलिसी के हिसाब से जो है कोई भी व्यक्ति अपना लाइसेंस अप्लाई कर सकता है, और फिर उसके बाद कुछ उसमें टर्म्स एंड कंडीशंस हैं, वो जो जितनी भी फाइलें आती हैं वो टर्म्स एंड कंडीशन जब पूरी होती हैं उसके बाद वो आफ्टर वेरिफिकेशन एक सर्टेन नंबर ऑफ फाइल्स कंसीडर करी जाती हैं, और उसके बाद एक ट्रांसपेरेंट तरीके से एक ही जो पार्टिसिपेंट ड्रिवन प्रोसेस के ज़रिए सारी ड्रॉ की प्रोसेस होती है। तो ये सारी ट्रांसपेरेंट प्रोसेस है, जो इन्होंने कहा कि इनका ये कहना था कि जो पुराने व्यापारी हैं उनको कहीं ना कहीं जो है थोड़ी सी एक प्रेफरेंस दिया जाए कि वो इतने समय से लगे हुए हैं, ये एक पॉलिसी लेवल डिसीजन है। तो इसमें जो इनकी एसोसिएशन है इसने इस बात का भरोसा दिलाया कि एसोसिएशन अपने पद्धर से सीनियर लेवल पर इस मुद्दे पर आगे बात करेगी। जैसे जो ड्रा निकाले गए हैं इनको भी टाइम भी निर्धारित किया गया, जैसे आपको कई बार 1-2 बजे तक जो मर्जी मतलब रात तक और वहाँ पर भीड़ भी लगी रहती है रात तक, इनको टाइम भी दिया है कि इतने बजे तक आप लगा सकते हो? जिस सरकार ने जो हिदायतें जारी करी हैं उसके अकॉर्डिंग 10 बजे से लेकर और 7 बजे तक का जो है ये दुकानों का समय निर्धारित किया गया, और सिर्फ समय के साथ साथ सिर्फ समय ही नहीं और भी कई जो है उसमें हिदायतें हैं कि वहाँ पर फायर सेफ्टी को लेकर प्रॉपर बंदोबस्त होने चाहिए, पानी का प्रबंध होना चाहिए, और फायर एक्सटिंग्विशर वगैरह जगह जगह पर होने चाहिए, पार्किंग को लेकर उसमें जो है डिटेल्ड गाइडलाइंस है वो वहाँ पर होनी चाहिए, इसके अलावा ट्रैफिक मैनेजमेंट को लेकर भी है उसमें गाइडलाइंस। तो ये सारी चीज़ें एक डिटेल्ड SOP जो है इस बारे सरकार वालों क्या कहते हैं जारी करी गई। आही आप गल पहले भी कर रहे थे जिड़े कि जिन्हों का ड्रॉ निकल लिया है जे अगर वो अगे अपने ड्रॉ की खरीद फरोख्त करते हैं तो यदि आप जिदा कि मैं क्या कि प्रशासन भी अपने वालों जिदा 21 तारीख तो दुकानें लगनिया ने असी भी अपने वालों चैकिंग करांगे, तो एसोसीएशन ने भी कहा कि एसोसीएशन भी अपने पद्धर से ये चैकिंग करेगी, तो अगर कोई भी व्यक्ति चाहे वो किसी भी तरीके की खरीद फरोख्त या ब्लैक दे विच अगे वेचता है तो आप फिर कार्रवाई करेंगे।